हेलो एवरीवन वेलकम और वेलकम बैक टू माय चैनल सो पंजाबी यूनिवर्सिटी पटियाला ਦੇ ਵੱਲੋਂ ਲਗਾਤਾਰ ਜਿਹੜੇ ਰਿਜ਼ਲਟ ਨੇ ਉਹ ਡਿਕਲੇਅਰ ਕਰ ਦਿੱਤੇ ਗਏ ਆ 올모스트 사ਰੇ ਹੀ 세메스터즈 ਦਾ ਰਿਜ਼ਲਟ ਜਿਹੜਾ ਹੈਗਾ ਆ ਚੁੱਕਿਆ ਸੋ ਐਡੀਸ਼ਨਲ ਵਾਲਿਆਂ ਦਾ ਰਿਜ਼ਲਟ ਜਿਹੜਾ ਹੈਗਾ ਹਜੇ ਪੈਂਡਿੰਗ ਹੈ ਬਹੁਤ ਸਾਰੇ ਆਨਰਸ ਵਾਲੇ ਜਿਹੜੇ ਸਬਜੈਕਟ ਆ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਪੈਂਡਿੰਗ ਹੈ ਸੋ ਥੋੜੇ ਜਿਹੀ ਰਿਜ਼ਲਟ ਜਿਹੜੇ ਨੇ ਪੈਂਡਿੰਗ ਨੇ ਹੁਣ ਬਹੁਤ ਸਾਰੇ ਬੱਚੇ ਕਿਉਂਕਿ ਮੇਰੇ ਚੈਨਲ ਦੇ ਥਰੂ ਹੀ ਪੜ੍ਹਾਈ ਕਰਦੇ ਨੇ ਬੀਏ ਐਸਐਮ 1 2 3 4 5 6 ਹੈ ਨਾ ਤਾਂ ਬਹੁਤ ਸਾਰੇ ਬੱਚੇ ਜਿਹੜੇ ਨੇ ਮੇਰੇ ਨਾਲ ਜੁੜੇ ਹੋਏ ਨੇ ਤਾਂ ਕਾਫੀ ਰਿਜ਼ਲਟ ਦੇ ਵਿੱਚ ਕਿਉਂਕਿ ਯੂਨੀਵਰਸਿਟੀ ਦਾ ਤੁਹਾਨੂੰ ਪਤਾ ਹੈ ਕਿ ਦਿੱਕਤ ਬਹੁਤ ਚੱਲ ਰਹੀ ਹੈ ਕਰਪਸ਼ਨ ਦੇ ਅੰਦਰ ਸੋ दैट्स ਵਾਈ ਕਿ ਅਲੱਗ-ਅਲੱਗ ਟਰਮਸ ਦੇ ਕਿ ਉਹ ਬੱਚੇ ਨੂੰ ਜਿਹੜਾ ਹੈਗਾ ਫੀਸ ਵਸੂਲ ਰਹੇ ਨੇ ਹਨਾ ਤਾਂ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਤਾਂ ਬਹੁਤ ਸਾਰੇ ਬੱਚਿਆਂ ਦਾ ਏ ਡਬਲਯੂ ਐਬਸੈਂਟ ਕਈਆਂ ਦਾ ਸ਼ੋ ਹੋ ਰਿਹਾ ਹੈ ਕਈ ਸਾਰਿਆਂ ਦੇ ਪੇਪਰਾਂ ਦੇ ਵਿੱਚੋਂ ਐਬਸੈਂਟ ਸ਼ੋ ਹੋ ਰਿਹਾ ਹੈ ਹਨਾ ਤੇ ਕਈਆਂ ਦਾ ਜਿਹੜਾ ਹੈਗਾ ਰੀਪੇਅਰ ਕੱਢੀ ਹੋਈ ਹੈ ਕਈਆਂ ਦੇ ਗ੍ਰੈਂਡ ਟੋਟਲ ਨਹੀਂ ਦਿੱਤਾ ਹੋਇਆ ਸੋ ਇਹ ਸਾਨੀਆਂ ਦਿੱਕਤਾ ਜੜੀਆਂ ਨੇ ਆ ਰਹੀਆਂ ਨੇ ਬਹੁਤ ਸਾਰੇ ਬੱਚਿਆਂ ਦੀਆਂ ਬਹੁਤ ਸਾਰੀਆਂ ਕੁਐਰੀਜ਼ ਹੁੰਦੀਆਂ ਨੇ ਸੋ ਇਹਨਾਂ ਦਾ ਆਨਸਰ ਦੇਣ ਲਈ ਜਿਹੜਾ ਹੈ ਇੱਕ ਮੈਂ ਸਿੰਗਲ ਵੀਡੀਓ ਪ੍ਰੈਜ਼ੈਂਟ ਕਰ ਰਹੀਆਂ ਤੁਹਾਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਿਕੋਜ਼ ਬਹੁਤ ਸਾਰੇ ਬੱਚਿਆਂ ਦੀ ਇਵਨ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਦੀ ਇਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜਿਹੜੇ ਕਾਲਜ ਵਾਲੇ ਬੱਚੇ ਨੇ ਰੈਗੂਲਰ ਬੱਚੇ ਨੇ ਉਹਨਾਂ ਦਾ ਤਾਂ ਜਿਹੜਾ ਸੌਟ ਆਊਟ ਕਾਲਜ ਦੇ ਥਰੂ ਹੋ ਜਾਂਦਾ ਹੈ ਲੇਕਿਨ ਡਿਸਟੈਂਸ ਤੇ ਪ੍ਰਾਈਵੇਟ ਵਾਲੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਸੋ ਇਹ ਵੀਡੀਓ ਸਪੈਸ਼ਲੀ ਜਿਹੜਾ ਹੈਗਾ ਕੁਐਸਚਨ ਆਨਸਰ ਬੇਸਡ ਹੀ ਹੋਏਗਾ ਤਾਂ ਅਗਰ ਫਿਰ ਵੀ ਕੋਈ ਚੀਜ਼ ਜਿਹੜੀ ਹੈ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਬਾਕੀ ਟੈਲੀਗ੍ਰਾਮ ਦੇ ਉੱਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਆਪਾਂ 1 ਬਾਈ 1 ਚੀਜ਼ਾਂ ਨੂੰ ਡਿਸਕਸ ਕਰਾਂਗੇ ਸੋ ਦੇਖੋ ਏ ਡਬਲਿਊ ਦਾ ਮਤਲਬ ਜਿਹੜਾ ਹੈ ਪਹਿਲੀ ਟਰਮ ਹੈ ਏ ਡਬਲਿਊ ਅਵਾਰਡ ਲਿਸਟ ਵਾਂਟਿੰਗ ਅਵਾਰਡ ਲਿਸਟ ਦਾ ਮਤਲਬ ਮਾਰਕਸ ਹੁਣ ਫੋਰ ਐਗਜ਼ਾਮਪਲ ਮੈਂ ਸੋਸ਼ੀਓਲੋਜੀ ਟੀਚ ਕਰਦੀ ਐ ਤੇ ਮੈਂ ਆਨਲਾਈਨ ਉਹਲੇ ਮਾਰਕਸ ਜਿਹੜੇ ਨੇ ਬੱਚਿਆਂ ਦੇ ਬਹੁਤ ਸਾਰੇ ਦੇ ਨਹੀਂ ਚੜਾਈ ਤਾਂ ਜਦੋਂ ਰਿਜ਼ਲਟ ਕੰਪਾਈਲ ਹੋ ਰਿਹਾ ਤਾਂ ਮੇਰੇ ਵਾਲੇ ਜਿਹੜੇ ਮਾਰਕਸ ਨੇ ਉਹ ਰਹਿ ਜਾਣਗੇ ਤਾਂ ਉਸੇ ਕਰਕੇ ਜਿਹੜਾ ਹੈ ਏ ਡਬਲਯੂ ਤੁਹਾਡਾ ਆ ਜਾਊਗਾ ਠੀਕ ਹੈ ਤਾਂ ਏ ਦੀ ਕੀਵੇਂ ਆਪਾਂ ਜਿਹੜੀ ਹੈ ਪ੍ਰੋਬਲਮ ਸੋਲਵ ਆਊਟ ਕਰਨੀ ਐ ਜਿਹੜੇ ਤੱਕ ਕਾਲਜ ਵਾਲੇ ਬੱਚੇ ਨੇ ਉਹ ਤਾਂ ਕਾਲਜ ਦੇ ਵਿੱਚ ਜਿਹੜਾ ਹੈ ਜਾ ਕੇ ਆਪਣਾ ਰਿਜ਼ਲਟ ਸਬਮਿਟ ਕਰਾ ਦਿਓ ਕਿਉਂਕਿ ਇਹ ਹਫ਼ਤੇ 10 ਦਿਨਾਂ ਦੇ ਅੰਦਰ ਅੰਦਰ ਹੀ ਆਪਾਂ ਨੇ ਜਿਹੜਾ ਹੈ ਇਹ ਕੰਮ ਕਰਨਾ ਹੁੰਦਾ ਹੈ ਤਾਂ ਆਪਣੇ ਕਾਲਜ ਨੂੰ ਦੱਸੋ ਕਿ ਇਹ ਦਿੱਕਤ ਆ ਰਹੀ ਹੈ ਏਡਬਲਯੂ ਤੇ ਉਹ ਤੁਹਾਡੇ ਤੋਂ ਜਾਂ ਤਾਂ ਐਪਲੀਕੇਸ਼ਨ ਲਿਖਵਾ ਲੈਣਗੇ ਠੀਕ ਹੈ ਕਈ ਵਾਰ ਐਪਲੀਕੇਸ਼ਨ ਨਹੀਂ ਵੀ ਲਿਖਵਾਨਦੇ ਆਪਣੇ ਬੇਸ ਦੇ ਉੱਤੇ ਬਿਹਾਫ ਦੇ ਉੱਤੇ ਜਿਹੜਾ ਹੈ ਠੀਕ ਕਰਵਾ ਲੈਂਦੇ ਨੇ ਜਿਹੜੇ ਰਹਿ ਗਏ ਬੱਚੇ ਡਿਸਟੈਂਸ ਵਾਲੇ ਤੇ ਪ੍ਰਾਈਵੇਟ ਵਾਲੇ ਉਹਨਾਂ ਨੂੰ ਯੂਨੀਵਰਸਿਟੀ ਜਿਹੜਾ ਹੈ ਆਪਣੇ ਸੈੱਟ ਦੇ ਵਿੱਚ ਜਾਣਾ ਪਊਗਾ ਭਗਵਾਨ ਦਾ ਸਕੰਡਿਨ ਦੇ ਕੋਲੇ ਆਪਣਾ ਐਡਮਿਨਿਸਟ੍ਰੇਸ਼ਨ ਬਲਾਕ ਆ ਠੀਕ ਹੈ ਜਿੱਥੇ ਰਜਿਸਟਰਾਰ ਵੀ ਮੈਨੇ ਕੰਟਰੋਲਰ ਵੀ ਮੈਨੇ ਉੱਥੇ ਆਪਾਂ ਨੂੰ ਜਾਣਾ ਪਊਗਾ ਅਗਰ ਤਾਂ ਤੁਸੀਂ ਫਰਸਟ ਸੈਕੰਡ ਸੈਮ ਦੇ ਹੋ ਠੀਕ ਹੈ ਤੁਸੀਂ ਬੀਏ ਸੈਟ 1 ਚ ਜਾਉਂਗੇ ਅਗਰ ਤੁਸੀਂ 3rd 4th ਸੈਮ ਦੇ ਹੋ ਤਾਂ ਤੁਸੀਂ ਸੈਕੰਡ ਨੰਬਰ ਸੈਟ ਚ ਜਾਉਂਗੇ ਬੀਏ ਸੈਟ 2 ਅਗਰ ਤੁਸੀਂ 5th 6th ਸੈਮੈਸਟਰ ਦੇ ਸਟੂਡੈਂਟ ਹੋ ਤਾਂ ਤੁਸੀਂ ਸੈਟ ਨੰਬਰ 3 ਚ ਜਾਉਂਗੇ ਠੀਕ ਹੈ ਆਪਣੇ ਜਿੰਨੇ ਵੀ ਰਿਜ਼ਲਟਸ ਆਏ ਨੇ ਜਾਂ ਫਿਰ ਜਿਹੜੇ ਰਿਜ਼ਲਟ ਦੇ ਵਿੱਚ ਤੁਹਾਡੀ ਪੈਂਡਿੰਗ ਏਡਬਲਯੂ ਆਰਈ ਹੈ ਔਰ ਰਿਜ਼ਲਟ ਨਾਲ ਲੈ ਕੇ ਜਾਓਗੇ ਫੋਟੋਸਟੇਟ ਕਰਾ ਕੇ ਪਲੱਸ ਫੀਸ ਲੈ ਜਾਓ ਪਲੱਸ ਇੱਕ ਪਲੇਨ ਪੇਪਰ A4 ਸਾਈਜ਼ ਆ ਪੈਨ ਠੀਕ ਹੈ ਫੋਟੋਗ੍ਰਾਫ ਆਪਣੀ ਆਧਾਰ ਕਾਰਡ ਇਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੇ ਡਾਕੂਮੈਂਟਸ ਜਿਹੜੇ ਨੇ ਫੋਟੋਸਟੇਟ ਕਰਾ ਕੇ ਵੀ ਤੇ オリジナル ਵੀ ਠੀਕ ਹੈ ਵੈਸੇ ਤਾਂ オリジナル ਤੁਹਾਡਾ ਪਿਛਲਾ ਅਗਰ ਕੋਈ ਰਿਕਾਰਡ ਹੈ ਅਗਰ ਤੁਹਾਡਾ ਜਿਹੜਾ ਹੈਗਾ ਕੋਈ ਵੀ ਗ੍ਰੈਂਡ ਟੋਟਲ 'ਚ ਦਿੱਕਤ ਆ ਨਹੀਂ ਤਾਂ ਦੱਪਾ ਨੇ ਪਿਛਲੇ ਸਾਰੇ ਡਾਕੂਮੈਂਟਸ ਲੈ ਕੇ ਜਾਣੇ ਨੇ ਅਦਰਵਾਈਜ਼ ਜਿਸ ਪੇਪਰ ਦੇ ਵਿੱਚ ਤੁਹਾਡੀ AWIA ਜਿਸ ਰਿਜ਼ਲਟ ਦੇ ਵਿੱਚ ਆਈ ਹੈ ਸਿਰਫ ਤੁਸੀਂ ਉਹੀ ਲੈ ਕੇ ਜਾਣਾ ਠੀਕ ਹੈ AW ਵਾਲਿਆਂ ਨੇ ਇਹ ਐਦਾਂ ਹੀ ਜਿਹੜਾ ਹੈਗਾ ਐਬਸੈਂਟ ਵੀ ਤੁਸੀਂ ਸਹੀ ਕਰਵਾ ਸਕਦੇ ਹੋ ਐਬਸੈਂਟ ਵੀ ਤੁਹਾਡੇ ਕਾਲਜ ਵਾਲੇ ਕਰਾਨਗੇ ਸਹੀ ਅਗਰ ਤੁਸੀਂ ਡਿਸਟੈਂਸ ਪ੍ਰਾਈਵੇਟ ਵਾਲੇ ਹੋ ਤਾਂ ਤੁਸੀਂ ਐਦਾਂ ਹੀ ਸੇਮ ਪ੍ਰੋਸੈਸ ਹੈਗਾ ਐਬਸੈਂਟ ਦਾ ਵੀ ਠੀਕ ਹੈ ਉਹ ਤੋਂ ਬਾਅਦ ਜਿਹੜਾ ਹੈ ਯੂਨੀਵਰਸਿਟੀ ਵਾਲੇ ਉਸ ਕਾਲਜ ਦੇ ਵਿੱਚ ਫੋਨ ਕਰਨਗੇ ਕਿ ਇਹ ਬੱਚਾ ਐਬਸੈਂਸੀ ਜਾਂ ਨਹੀਂ ਐਬਸੈਂਸੀ ਠੀਕ ਹੈ ਕਿਉਂਕਿ ਕਾਲਜ ਵਾਲਿਆਂ ਕੋਲ ਰਿਕਾਰਡ ਹੁੰਦਾ ਇਹ ਚੀਜ਼ਾਂ ਵੀ ਸੈੱਟ ਹੋ ਜਾਂਦੀਆਂ ਅਗਰ ਤੁਸੀਂ ਏ ਡਬਲਯੂ ਜਾਂ ਐਬਸੈਂਟ ਹੁਣ ਸੈੱਟ ਨਹੀਂ ਕਰਾਂਦੇ ਤਾਂ ਤੁਹਾਨੂੰ ਜਿਹੜਾ ਹੈ ਅੱਗੇ ਰੀਪੀਅਰ ਦਾ ਹਰਜਾਨਾ ਜਿਹੜਾ ਹੈ ਦੇਣਾ ਪਊਗਾ ਤਾਂ ਜਿਹੜੇ ਵੀ ਬੱਚੇ ਏ ਡਬਲਯੂ ਲਈ ਜਾ ਰਹੇ ਨੇ ਤਾਂ ਅਗਰ ਤਾਂ ਥੋੜਾ ਕਾਲਜ ਸ਼ੋਰ ਹੈ ਜਾਂ ਫਿਰ ਤੁਹਾਨੂੰ ਯੂਨੀਵਰਸਿਟੀ ਕਹਿ ਰਹੀ ਹੈ ਵੀ ਸੈੱਟ ਹੋ ਜਾਊਗਾ ਤਾਂ ਤਾਂ ਠੀਕ ਹੈ ਨਾਲ ਹੀ ਰੀਪੀਅਰ ਵੀ ਭਰ ਦਿਓ ਜਦੋਂ ਫਿਲ ਹੋਣੀ ਸਟਾਰਟ ਹੋ ਗਈ ਠੀਕ ਹੈ ਇਹ ਏਡਬਲਿਊ ਜਿਨ੍ਹਾਂ ਦੀ ਹੈ ਐਬਸੈਂਟ ਹੈ ਉਹ ਰੀਪੀਅਰ ਜ਼ਰੂਰ ਹੀ ਭਰ ਲੈਣ ਹੁਣ ਬਹੁਤ ਸਾਰੇ ਬੱਚਿਆਂ ਦਾ ਜਿਹੜਾ ਹੈ ਡਰਗ ਅਬਿਊਜ਼ ਕਰਕੇ ਰਿਜ਼ਲਟ ਰੁਕ ਜਾਣਾ ਜਾਂ ਫਿਰ ਉਹਨਾਂ ਦਾ ਡਰੱਗ ਅਬਿਊਜ਼ ਦਾ ਪੇਪਰ ਕਲੀਅਰ ਸੀ ਲੇਕਿਨ 6th ਸੈਮੈਸਟਰ ਦੇ ਵਿੱਚ نیچے ਲਿਖ ਕੇ ਆ ਰਿਹਾ ਕਿ ਡਰੱਗ ਅਬਿਊਜ਼ ਤੇ ਈਵੀਐਸ ਦਾ ਪੇਪਰ ਜਿਹੜਾ ਹੈ ਕਲੀਅਰ ਨਹੀਂ ਆ ਤਾਂ ਉਹ ਵੀ ਰਿਜ਼ਲਟ ਆਪਣਾ ਜਿਹੜਾ ਹੈ ਅਗਰ ਤਾਂ ਕਾਲਜ ਦੇ ਸਟੂਡੈਂਟ ਹੈ ਤਾਂ ਕਾਲਜ ਦੇ ਨਾਲ ਹੀ ਆਪਣੀਆਂ ਸਾਰੀਆਂ ਦਿੱਕਤਾਂ ਤੁਸੀਂ ਸ਼ੇਅਰ ਕਰੋਗੇ ਅਗਰ ਕਾਲਜ ਵਾਲੇ ਕਹਿੰਦੇ ਕਿ ਯੂਨੀਵਰਸਿਟੀ ਖੁਦ ਜਾਓ ਤਾਂ ਤੁਸੀਂ ਜਿਹੜਾ ਹੈਗਾ ਯੂਨੀਵਰਸਿਟੀ ਖੁਦ ਜਾਣਾ ਹੈ ਠੀਕ ਹੈ ਜਿਹੜੇ ਡਿਸਟੈਂਸ ਪ੍ਰਾਈਵੇਟ ਵਾਲੇ ਨੇ ਉਹਨਾਂ ਨੇ ਤਾਂ ਡਾਇਰੈਕਟ ਹੀ ਯੂਨੀਵਰਸਿਟੀ ਹੀ ਆਉਣਾ ਹੈ ਠੀਕ ਹੈ ਤਾਂ ਅਗਰ ਡਰੱਗ ਅਬਿਊਜ਼ ਤੋਂ ਕੋਈ ਵੀ ਦਿੱਕਤ ਆ ਰਹੀ ਹੈ ਨਾਟ ਕੁਆਲੀਫਾਈਡ ਆ ਰਿਹਾ ਜਾਂ ਫਿਰ ਤੁਹਾਡਾ ਕੁਆਲੀਫਾਈਡ ਹੀ ਨਹੀਂ ਹੈ ਤਾਂ ਤੁਸੀਂ ਜਿਹੜੀ ਹੈ ਫੀਸ ਦੀ ਫੀਸ ਜਿਹੜੀ ਹੈ ਆਪਣੀ ਹੁਣੀ ਹੀ ਭਰ ਦੋ ਜਦੋਂ ਵੀ ਇਹ ਡਰੱਗ ਅਬਿਊਜ਼ ਤੇ EVS ਦਾ ਇੱਕ ਨੋਟੀਫਿਕੇਸ਼ਨ ਕੱਢਣਗੇ ਉਦੋਂ ਤੁਸੀਂ ਆਪਣੀ ਫੀਸ ਫਿਲ ਕਰ ਲਿਓ ਕਿਉਂਕਿ ਇਸ ਤੋਂ ਬਿਨਾ ਤੁਹਾਨੂੰ ਡਿਗਰੀ ਨਹੀਂ ਮਿਲਣੀ ਜਿਨ੍ਹਾਂ ਦਾ ਬੱਚਿਆਂ ਦਾ ਪੇਪਰ ਰਹਿ ਗਿਆ ਸੀ ਡਰੱਗ ਅਬਿਊਜ਼ ਤੇ EVS ਦਾ ਨੋਟੀਫਿਕੇਸ਼ਨ ਆਊਗਾ ਉਦੋਂ ਤੁਸੀਂ ਜਿਹੜਾ ਹੈ ਫਾਰਮ ਫੀਸ ਜਿਹੜੀ ਹੈ ਇਹਦੀ ਫਿਲ ਕਰ ਦਿਓ ਤਾਂ ਤੁਹਾਡਾ ਪੇਪਰ ਜਿਹੜਾ ਹੈ ਲਿਆ ਜਾਊਗਾ ਤੇ ਇੱਕ ਹੋਰ ਚੀਜ਼ ਹੈ ਕਿ ਬਹੁਤ ਸਾਰੇ ਬੱਚੇ 6th semesters ਤੇ ਸਪੈਸ਼ਲੀ 6th semester ਦੇ ਵਿੱਚੋਂ ਬਹੁਤ ਸਾਰੇ ਬੱਚਿਆਂ ਦੀ ਰੀਪੇਅਰ ਆਈ ਹੋਈ ਹੈ ਤਾਂ ਇੱਕ ਕਈ ਵਾਰ ਜਿਹੜੀ ਹੈ ਯੂਨੀਵਰਸਿਟੀ ਦੇ ਵੱਲੋਂ ਇਹ ਚੀਜ਼ ਆ ਜਾਂਦੀ ਹੈ ਕਿ ਇੱਕ ਹੋਰ ਨੋਟੀਫਿਕੇਸ਼ਨ ਆਉਂਦਾ ਹੁੰਦਾ ਕਿ ਇਹ ਵਾਲੇ ਬੱਚੇ ਜਿਹੜੇ ਨੇ ਅਕਤੂਬਰ ਤੱਕ ਪੇਪਰ ਦੇ ਸਕਦੇ ਨੇ ਤਾਂ ਉਹਨਾਂ ਲਈ ਸਪੈਸ਼ਲ ਯੂਨੀਵਰਸਿਟੀ ਜਿਹੜੀ ਹੈ ਪੇਪਰ ਨੂੰ ਕੰਡਕਟ ਕਰਾਉਂਦੀ ਹੈ ਤਾਂ ਕਈ ਵਾਰ ਇਹ ਨੋਟੀਫਿਕੇਸ਼ਨ ਆ ਜਾਂਦਾ ਅਦਰਵਾਈਜ਼ ਅਸੀਂ ਵਾਈਸ ਚਾਂਸਲਰ ਦੇ ਨਾਲ ਅੱਗੇ ਗੱਲ ਕਰ ਸਕਦੇ ਹੋ ਵੀ ਅਸੀਂ ਮਤਲਬ ਕਿ ਕੋਰਸ ਕੰਪਲੀਟ ਕਰ ਚੁੱਕੇ ਹਾਂ ਠੀਕ ਹੈ ਬੀਐਸਐਮ 6 ਚ ਸਾਡੀ ਸਪਲਿਅਟ ਤੇ ਅਸੀਂ ਜਿਹੜਾ ਹੈ ਜੌਬਸ ਪੰਨੀਆਂ ਜਾਂ ਫਿਰ ਅਸੀਂ ਬਾਹਰ ਜਾਣਾ ਜਾਂ ਫਿਰ ਕੋਈ ਵੀ ਦਿੱਕਤ ਆ ਤਾਂ ਤੁਸੀਂ ਯੂਨੀਵਰਸਿਟੀ ਤੋਂ ਆ ਕੇ ਵੀਸੀ ਤੋਂ ਜਿਹੜੀ ਹੈ ਪਰਮਿਸ਼ਨ ਲੈ ਸਕਦੇ ਹੋ ਕਿ ਸਾਡਾ ਜਿਹੜਾ ਐਗਜ਼ਾਮ ਕੰਡਕਟ ਕਰਾਇਆ ਜਾਵੇ ਫੀਸ ਭਰ ਕੇ ਤੁਸੀਂ ਐਗਜ਼ਾਮ ਤੁਹਾਡੇ ਲਈ ਕੰਡਕਟ ਕਰਵਾ ਦਿੱਤਾ ਜਾਏਗਾ ਐਦਾਂ ਵੀ ਹੁੰਦਾ ਹੈ ਪਲੱਸ ਦਸੰਬਰ ਜਨਵਰੀ ਚ ਵੀ ਪੇਪਰ ਹੁੰਦੇ ਨੇ ਠੀਕ ਹੈ 6 ਸੈਮੈਸਟਰ ਦੇ ਏ ਜ਼ਰੂਰੀ ਨਹੀਂ ਕਿ 6 ਸੈਮੈਸਟਰ ਦੇ ਪੇਪਰ ਜਿਹੜੇ ਨੇ ਮਈ ਜੂਨ 'ਚ ਹੀ ਹੋਣਗੇ ਨਹੀਂ ਜਿਹੜੇ ਸੱਪਲੀ ਦੇ ਐਗਜ਼ਾਮ ਨੇ ਬੀ ਐਸ ਐਮ 6 ਦੇ ਪਹਿਲਾਂ ਹੋ ਜਾਂਦੇ ਨੇ ਠੀਕ ਹੈ ਤੇ ਰਹੀ ਗੱਲ ਜਿਨ੍ਹਾਂ ਬੱਚਿਆਂ ਦੀ ਰੀਪੇਅਰ ਆਈ ਹੈ ਤਾਂ ਜਿਹੜੇ ਵੀ ਬੱਚਿਆਂ ਨੂੰ ਲੱਗਦਾ 20 ਤੋਂ ਥੱਲੇ ਨੰਬਰ ਆਏ ਆ ਉਹ ਆਪਣੀ ਰੀ ਚੈਕਿੰਗ ਰੀਵੈਲਿਊਸ਼ਨ ਨਾ ਭਰਨ ਉਹ ਸਿੱਧਾ ਹੀ ਰੀਪੇਅਰ ਭਰਨ ਠੀਕ ਹੈ ਤਾਂ ਜਿਹੜੇ ਬੱਚਿਆਂ ਦੇ 20 ਕੀ ਤੋਂ ਉੱਤੇ ਨੰਬਰ ਨੇ ਉਹ ਰੀ ਚੈਕਿੰਗ ਰੀਵੈਲਿਊਸ਼ਨ ਕੋਈ ਵੀ ਇਹਨਾਂ ਚ ਇੱਕ ਪਰੋਂਗੇ ਪਲੱਸ ਰੀਪੇਅਰ ਤਾਂ ਭਰਨੀ ਹੀ ਭਰਨੀ ਹੈ ਹੁਣ ਰੀ ਚੈਕਿੰਗ ਜਿਹੜੇ ਬੱਚਿਆਂ ਨੇ ਭਰੀ ਹੋਈ ਹੈ ਉਹਨਾਂ ਦਾ ਕੀ ਜਿਹੜਾ ਹੈ ਸੋਲੂਸ਼ਨ ਹੈ ਤੇ ਜਿੰਨਾ ਬੱਚਿਆਂ ਨੇ ਰੀ ਚੈਕਿੰਗ ਭਰਤੀ ਇਹ ਭਰ ਰਹੇ ਨੇ ਇਹਦਾ ਰਿਜ਼ਲਟ ਆਫਟਰ 45 ਡੇਸ ਆਉਂਦਾ ਹੈ 45 ਡੇਸ ਟੂ 90 ਡੇਸ ਇਹ ਲਗਾ ਦਿੰਦੇ ਨੇ ਕਦੇ ਵੀ ਇਹ ਤੁਹਾਨੂੰ ਇਨਫੋਰਮ ਨਹੀਂ ਕਰਨਗੇ ਕਿ ਹਾਂ ਅਸੀਂ ਤੁਹਾਡਾ ਰਿਜ਼ਲਟ ਜਿਹੜਾ ਹੈ ਸੈੱਟ ਕਰਤਾ ਤੁਹਾਨੂੰ ਖੁਦ ਉੱਥੇ ਗੇੜੇ ਮਾਰਨੇ ਪੈਣਗੇ ਠੀਕ ਹੈ ਜਿਹੜੀ ਰਿਐਲਿਟੀ ਹੈ ਤਾਂ ਬਹੁਤ ਸਾਰੇ ਬੱਚਿਆਂ ਦਾ ਰਿਜ਼ਲਟ ਜਿਹੜਾ ਹੈ 6-6 ਮਹੀਨੇ ਬਾਅਦ ਵੀ ਆਇਆ ਹੈ ਤਾਂ ਤਿਆਰੀ ਜਿਹੜੀ ਹੈ ਰੀ ਚੈਕਿੰਗ ਜਿਹੜੇ ਫੋਰ ਐਗਜ਼ਾਮਪਲ ਕਿ ਤੁਹਾਡੇ ਤੁਸੀਂ ਰੀ ਚੈਕਿੰਗ ਵੀ ਭਰੀਆ ਰੀਪੀਅਰ ਤਾਂ ਭਰੀ ਹੋਏ ਤਾਂ ਤਿਆਰੀ ਕਿੱਥੋਂ ਕਰਨੀ ਹੈ ਮੇਰੀ ਹੀ ਚੈਨਲ ਦੇ ਉੱਤੇ ਸਾਰਾ ਕੰਟੈਂਟ ਅਵੇਲੇਬਲ ਆ ਰੀਵੈਲਿਊਏਸ਼ਨ ਦਾ ਰਿਜ਼ਲਟ ਵੀ ਜਿਹੜਾ ਹੈਗਾ ਠੀਕ ਹੈ ਇਹ ਰਿਜ਼ਲਟ ਵੀ ਜਿਹੜਾ ਹੈਗਾ ਤੁਹਾਡਾ ਆਫਟਰ ਇਹ ਜਿਹੜਾ ਆਪਾਂ ਕਹੋ 45 ਟੂ 90 ਡੇਜ਼ ਹੀ ਆਊਗਾ ਤੇ ਤੁਹਾਨੂੰ ਯੂਨੀਵਰਸਿਟੀ ਆਣਾ ਪਊਗਾ ਉੱਥੇ ਤੁਸੀਂ ਜਿਹੜਾ ਹੈ ਉਹਨਾਂ ਨੂੰ ਪੁੱਛੋਗੇ ਕਿ ਰਿਜ਼ਲਟ ਕਦੋਂ ਆਊਗਾ ਦੋ ਤਿੰਨ ਗੇੜੇ ਲਗਾਓਗੇ ਤਾਂ ਇਹ ਰਿਜ਼ਲਟ ਜਿਹੜਾ ਹੈ ਠੀਕ ਕਰ ਦਿੰਦੇ ਨੇ ਤੇ ਦੂਜੀ ਗੱਲ ਹੈਗੀ ਹੈ ਕਿ ਆਨਲਾਈਨ ਵੀ ਤੁਹਾਡਾ ਰਿਜ਼ਲਟ ਜਿਹੜਾ ਹੈ கரੈਕਟ ਹੋਊਗਾ ਠੀਕ ਹੈ ਆਫਲਾਈਨ ਤਾਂ ਹੋਊਗਾ ਹੀ ਹੋਊਗਾ ਆਨਲਾਈਨ ਵੀ கரੈਕਟ ਹੋਊਗਾ 45 ਡੇਜ਼ ਤਾਂ ਤੁਸੀਂ ਜਿਹੜਾ ਹੈ ਰੀਚੈਕਿੰਗ ਰੀਵੈਲੂਏਸ਼ਨ ਭਰ ਕੇ ਜਿਹੜਾ ਹੈ ਪੁੱਲ ਚੋ ਠੀਕ ਹੈ ਹੁਣ ਕਾਫੀ ਸਾਰੇ ਬੱਚਿਆਂ ਦੀ ਗ੍ਰੈਂਡ ਟੋਟਲ ਦੇ ਵਿੱਚ ਦਿੱਕਤ ਆ ਰਹੀ ਹੈ ਗ੍ਰੈਂਡ ਟੋਟਲ ਦੇ ਵਿੱਚ ਕਈ ਬੱਚਿਆਂ ਦਾ ਗ੍ਰੈਂਡ ਟੋਟਲ ਗਲਤ ਦਿੱਤਾ ਹੋਇਆ ਹੈ ਗ੍ਰੈਂਡ ਟੋਟਲ ਦਾ ਮਤਲਬ ਕੀ ਹੁੰਦਾ ਹੈ ਕਿ ਪਿਛਲੇ ਤਿੰਨਾਂ ਸਾਲਾਂ ਲਾਈਕ ਫਰਸਟ ইয়ার ਦੇ ਵਿੱਚ ਸੈਕੰਡ ইয়ার ਚ ਟੋਟਲ ਨੰਬਰ ਤੇ ਥਰਡ ইয়ার ਦੇ ਟੋਟਲ ਨੰਬਰ ਉਹ ਸਾਰਾ ਮਿਲਾ ਕੇ ਤੁਹਾਡਾ ਗ੍ਰੈਂਡ ਟੋਟਲ ਹੋਊਗਾ ਠੀਕ ਹੈ ਤੇ ਇਹ ਸਾਰੀ ਚੀਜ਼ ਜਿਹੜੀ ਹੈ ਗ੍ਰੈਂਡ ਟੋਟਲ ਤੁਹਾਡਾ ਆਊਗਾ ਤੇ ਕਈਆਂ ਦੀ ਗ੍ਰੈਂਡ ਟੋਟਲ ਤਾਂ ਵੀ ਮਿਸਿੰਗ ਆ ਬਿਕੋਜ਼ ਉਹਨਾਂ ਦੇ ਪਿੱਛੇ ਕੋਈ ਸਪਲੀ ਹੈ ਤਾਂ ਵੀ ਮਿਸਿੰਗ ਹੈ ਪਲੱਸ ਕਈ ਵਾਰ ਜਿਹੜੀ ਹੈ ਡੀ ਐਮ ਸੀ ਪ੍ਰਿੰਟ ਕਰਨ ਦੇ ਵਿੱਚ ਜਿਹੜੀ ਹੈ ਉਹਨਾਂ ਤੋਂ ਭੁੱਲ ਹੋ ਜਾਂਦੀ ਆ ਤਦ ਵੀ ਗ੍ਰੈਂਡ ਟੋਟਲ ਲਿਖਿਆ ਨਹੀਂ ਆਉਂਦਾ ਤਾਂ ਜੇ ਕਾਲਜिएट ਸਟੂਡੈਂਟ ਹੋ ਤਾਂ ਕਾਲਜ ਦੇ ਨਾਲ ਗੱਲ ਕਰੋ ਅਗਰ ਤੁਸੀਂ ਡਿਸਟੈਂਸ ਪ੍ਰਾਈਵੇਟ ਵਾਲੀ ਹੋ ਤਾਂ ਯੂਨੀਵਰਸਿਟੀ ਜਾ ਕੇ ਇਹ ਚੀਜ਼ ਸੈੱਟ ਕਰਵਾਓ ਠੀਕ ਹੈ ਤੇ ਦੂਜੀ ਗੱਲ ਹੈਗੀ ਕਿ ਟੋਟਲ ਦੀ ਅਗਰ ਦਿੱਕਤ ਆ ਰਹੀ ਹੈ ਲਾਈਕ ਸਬਜੈਕਟਸ ਦੀ ਬਹੁਤ ਸਾਰੇ ਬੱਚਿਆਂ ਦੀ ਹੈ ਸਬਜੈਕਟ ਦੇ ਵਿੱਚ ਜਿਹੜੇ ਹੈਗੇ ਨੇ ਟੋਟਲਲੀ ਇੰਟਰਨਲ ਤੇ ਐਕਸਟਰਨਲ ਦਾ ਟੋਟਲ ਮਿਲਾ ਕੇ ਜਿਹੜੇ ਹੈ ਜਿਹੜੇ ਇਹਨਾਂ ਨੇ ਟੋਟਲ ਗੱਡਿਆ ਹੋਇਆ ਉਹ ਗਲਤ ਹੁੰਦਾ ਠੀਕ ਹੈ ਤਾਂ ਇਹਦੇ ਰਿਗਾਰਡਿੰਗ ਵੀ ਤੁਸੀਂ ਯੂਨੀਵਰਸਿਟੀ ਜਿਹੜਾ ਹੈ ਜਾ ਸਕਦੇ ਹੋ ਠੀਕ ਹੈ ਤਾਂ ਉਸ ਤੋਂ ਬਾਅਦ ਸਬਜੈਕਟ ਲਾਈਕ ਸੋਸ਼ੀਓਲੋਜੀ ਦੇ ਮਾਰਕਸ ਤਾਂ ਦਿੱਤੇ ਹੋਏ ਨੇ ਠੀਕ ਹੈ ਲੇਕਿਨ ਜਿਹੜਾ ਹੈ ਸੋਸ਼ੀਓਲੋਜੀ ਲਿਖਿਆ ਨਹੀਂ ਹੋਇਆ ਜਾਂ ਫਿਰ ਸੋਸ਼ੀਓਲੋਜੀ ਲਿਖਿਆ ਹੋਇਆ ਹੈ ਲਾਈਕ ਕੋਈ ਵੀ ਸਬਜੈਕਟ ਲਿਖਿਆ ਹੋਇਆ ਹੈ ਉਸਦੇ ਮਾਰਕਸ ਨਹੀਂ ਅਪਲੋਡ ਜਾਂ ਫਿਰ ਸਬਜੈਕਟ ਨਹੀਂ ਲਿਖਿਆ ਹੋਇਆ ਜਾਂ ਫਿਰ ਤਿੰਨ ਸਬਜੈਕਟ ਸ਼ੋ ਹੋ ਰਹੇ ਹਨ ਜਾਂ ਫਿਰ ਕੋਈ ਵੀ ਸਬਜੈਕਟ ਡੀਐਮਸੀ ਜਿਹੜਾ ਤੁਹਾਡਾ ਰਿਜ਼ਲਟ ਆਇਆ ਹੈ ਠੀਕ ਹੈ ਉਹਦੇ ਵਿੱਚ ਤੁਹਾਨੂੰ ਆਨਲਾਈਨ ਸ਼ੋ ਨਹੀਂ ਹੋ ਰਹੇ ਤਾਂ ਇਹ ਚੀਜ਼ ਜਿਹੜੀ ਹੈਗੀ ਹੈ ਤੁਸੀਂ ਇਹ ਵੀ ਯੂਨੀਵਰਸਿਟੀ ਦੇ ਨਾਲ ਕਨਸਰਨ ਤੁਹਾਨੂੰ ਕਰਨਾ ਪਏਗਾ ਮਾਰਕਸ ਮਿਸਿੰਗ ਨੇ ਜਾਂ ਸਬਜੈਕਟ ਮਿਸਿੰਗ ਆ ਉਸ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦਾ ਆਰ ਐਲ ਆਰ ਆਰ ਐਲ ਐਫ LRRLR ਦਾ ਮਤਲਬ ਹੈ ਕਿ ਕੋਈ ਵੀ ਤੁਹਾਡਾ ਲੋਅਰ ਰਿਜ਼ਲਟ ਪਿਛਲਾ ਪੁਰਾਣਾ ਰਿਜ਼ਲਟ ਪੈਂਡਿੰਗ ਹੈ ਤੁਸੀਂ ਰੀਵੈਲਿਊਸ਼ਨ ਭਰੀ ਹੈ ਜਾਂ ਤੁਸੀਂ ਰੀਚੈਕਿੰਗ ਭਰੀ ਹੈ ਤਾਂ ਵੀ ਦਿੱਕਤ ਆ ਰਹੀ ਹੈ ਠੀਕ ਹੈ ਤਾਂ ਇਹ ਵੀ ਤੁਸੀਂ ਅਗਰ ਆਰਐਲਆਰ ਆ ਰਹੇ ਹੋ ਤਾਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਹੈ ਉੱਥੇ ਜਾ ਕੇ ਐਪਲੀਕੇਸ਼ਨ ਦੇਣਾ ਹੈ ਤਾਂ ਕਹਿੰਦਾ ਮਤਲਬ ਕੋਈ ਵੀ ਦਿੱਕਤ ਆ ਰਹੀ ਹੈ ਤੁਹਾਡੇ ਰਿਜ਼ਲਟ ਦੇ ਵਿੱਚ ਸੈਮੈਸਟਰ 1 ਸੈਮੈਸਟਰ 3 ਸੈਮੈਸਟਰ 5 ਸੈਮੈਸਟਰ 6 ਯੂਨੀਵਰਸਿਟੀ ਜਾਓ ਉੱਥੇ ਆਪਣੀ ਜਿਹੜੀ ਹੈ ਗੱਲ ਤੁਸੀਂ ਕਰੋ ਅਤੇ ਉਸ ਤੋਂ ਬਾਅਦ ਉਹ ਜਿਹੜਾ ਹੈਗਾ ਤੁਹਾਨੂੰ ਦੱਸਣਗੇ ਕਿ ਤੁਸੀਂ ਕੀ ਕਰਨਾ ਹੈ ਤੇ आरएल एफ ਜਿਹੜੀ ਹੈ ਏ ਫੀਸ ਰਿਗਾਰਡਿੰਗ ਆਂਦੀ ਹੈ ਜਿਨ੍ਹਾਂ ਬੱਚਿਆਂ ਦੀ ਫੀਸ ਪੈਂਡਿੰਗ ਹੈ ਜਾਂ ਸਕਾਲਰਸ਼ਿਪ ਨਹੀਂ ਆਈ ਜਮਾ ਨਹੀਂ ਕਰਾਈ ਤਾਂ ਉਹ ਦਿੱਕਤ ਜਿਹੜੀ ਆ ਜਣੀ ਹੈ ਪੀਏਆਰ ਵੀ ਜਿਹੜਾ ਹੈ ਇਦਾਂ ਦਾ ਹੀ ਇੱਕ ਟਰਮ ਹੈ ਤਾਂ ਇਹ ਸਾਰਾ ਕੁਝ ਕਨਸਰਨ ਜਿਹੜਾ ਉੱਪਰ ਲਿਖਿਆ ਹੋਇਆ ਹੁੰਦਾ ਤੁਹਾਨੂੰ ਉਸੇ ਚੀਜ਼ ਕਰਕੇ ਜਿਹੜਾ ਹੈਗਾ ਆਂਦਾ ਤੇ ਕਈਆਂ ਦੀ ਫੀਸ ਜਿਹੜੀ ਹੈ ਸਬਮਿਟ ਨਹੀਂ ਹੋ ਰਹੀ ਬਹੁਤ ਸਾਰੇ ਬੱਚੇ ਜਿਹੜੇ ਆਪਣੀ ਫੀਸ ਸਬਮਿਟ ਕਰਾ ਰਹੇ ਆ ਨਹੀਂ ਹੋ ਰਹੀ ਤਾਂ ਟੈਕਨੀਕਲ ਇਸ਼ੂ ਕਈ ਵਾਰ ਆ ਜਾਂਦਾ ਇੱਕ ਦੋ ਦਿਨਾਂ ਬਾਅਦ ਤੁਸੀਂ ਚੈੱਕ ਕਰੋਗੇ ਤਾਂ ਵੀ ਠੀਕ ਹੋ ਜਾਂਦਾ ਆ ਅਦਰਵਾਈਜ਼ ਯੂਨੀਵਰਸਿਟੀ ਦੀ ਇਨਕੁਆਇਰੀ ਤੋਂ ਤੁਸੀਂ ਜਿਹੜਾ ਹੈ ਟੈਕਨੀਕਲ ਬ੍ਰਾਂਚ ਦਾ ਨੰਬਰ ਤੁਸੀਂ ਲੈ ਸਕਦੇ ਹੋ ਆਨਲਾਈਨ ਸਾਰੇ ਨੰਬਰ ਪਏ ਨੇ ਉੱਥੇ ਤੁਸੀਂ ਪੁੱਛੋ ਕਿ ਵੀ ਹਾਂਜੀ ਸਾਨੂੰ ਟੈਕਨੀਕਲ ਬ੍ਰਾਂਚ ਦਾ ਨੰਬਰ ਦੇ ਦਿਓ ਸਾਨੂੰ ਆਹ ਦਿੱਕਤ ਆ ਰਹੀ ਆ ਉਹ ਆਨਲਾਈਨ ਤੁਹਾਡੀ ਸੈਟ ਸੈਟ ਜਿਹੜੀ ਹੈ ਇਹ ਚੀਜ਼ ਕਰ ਦਣੀ ਹੈ ਠੀਕ ਹੈ ਅਗਰ ਤੁਹਾਨੂੰ ਫੀਸ ਭਰਨ ਦੇ ਵਿੱਚ ਦਿੱਕਤ ਆ ਰਹੀ ਆ ਜਾਂ ਤੁਸੀਂ ਸਬ ਵੀ ਵੀ ਇਸ ਦਾ ਸਬਜੈਕਟ ਲੌਕ ਕਰਨਾ ਭੁੱਲ ਗਏ ਜਾਂ ਕੋਈ ਹੋਰ ਸਬਜੈਕਟ ਲੌਕ ਕਰਨਾ ਭੁੱਲ ਗਏ ਤਾਂ ਇਨਕੁਆਰੀ ਦਾ ਨੰਬਰ ਕੱਢ ਕੇ ਉਥੋਂ ਦੀ ਟੈਕਨੀਕਲ ਵਾਲਿਆਂ ਦਾ ਨੰਬਰ ਲੈ ਲਓ ਆਨਲਾਈਨ ਵਾਲਿਆਂ ਦਾ ਨੰਬਰ ਲੈ ਲਓ ਆਪ ਹੀ ਜਿਹੜਾ ਹੈ ਤੁਹਾਨੂੰ ਨੰਬਰ ਦੇ ਦੇਣਗੇ ਪ੍ਰੋਵਾਈਡ ਕਰ ਦੇਣਗੇ ਜਾਂ ਫਿਰ ਖੁਦ ਵੀ ਤੁਸੀਂ ਯੂਨੀਵਰਸਿਟੀ ਤੋਂ ਆ ਕੇ ਜਿਹੜਾ ਹੈ ਜੀ ਸੈੱਟ ਕਰਵਾ ਕੇ ਜਾ ਸਕਦੇ ਹੋ ਹੁਣ ਇੱਕ ਹੋਰ ਚੀਜ਼ ਵੀ ਬੱਚੇ ਪੁੱਛ ਰਹੇ ਨੇ ਐਡੀਸ਼ਨਲ ਵਾਲਿਆਂ ਦੀ ਫੀਸ ਕਿੰਨੀ ਹੈ ਤਾਂ ਦੇਖੋ ਜੇ ਤਾਂ ਬਹੁਤ ਸਾਲ ਹੋ ਗਏ ਤਾਂ 30 40000 ਹੈ ਹੈਨਾ ਅਲੱਗ ਅਲੱਗ ਫੀਸਿਸ ਨੇ ਇਹ ਤੁਹਾਨੂੰ ਆਨਲਾਈਨ ਪਤਾ ਲੱਗੇਗਾ ਜਾਂ ਫਿਰ ਕਿਉਂਕਿ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ ਐਡੀਸ਼ਨਲੀ ਤੁਹਾਨੂੰ ਖੁਦ ਆਣਾ ਪਊਗਾ ਐਪਲੀਕੇਸ਼ਨ ਦੇਣੀ ਪਊਗੀ ਵੀਸੀ ਨੂੰ ਜਾਂ ਫਿਰ ਡੀਨ ਨੂੰ ਤਦ ਜਿਹੜਾ ਹੈ ਤੁਹਾਨੂੰ ਪਰਮਿਸ਼ਨ ਮਿਲੂਗੀ ਤਦ ਤੁਹਾਨੂੰ ਫੀਸ ਦੱਸੀ ਜਾਊਗੀ ਤਦ ਤੁਸੀਂ ਐਡੀਸ਼ਨਲ ਦੇ ਪੇਪਰ 'ਤੇ ਬੈਠੋਗੇ ਠੀਕ ਹੈ ਅਲੱਗ ਅਲੱਗ ਫੀਸ ਹੈ ਸੋ ਇਹਦੇ ਬਾਰੇ ਮੈਨੂੰ ਕੰਸਰਨ ਬਿਲਕੁਲ ਨਹੀਂ ਪਤਾ ਕਿਉਂਕਿ ਡਿਫਰੈਂਟ ਡਿਫਰੈਂਟ ਹੈ ਤੇ ਇਹਦੇ एग्जामਸ ਕਦੋਂ ਹੁੰਦੇ ਨੇ ਦੇਖੋ ਫਰਸਟ ਸੈਮ 3rd ਸੈਮ 5th ਸੈਮ ਦਾ ਜਿਹੜਾ एग्जाम ਹੈ ਐਡੀਸ਼ਨਲ ਵਾਲੇ ਦਾ ਇਹ ਤਾਂ ਹੋਊਗਾ ਥੋੜਾ ਦਸੰਬਰ 'ਚ ਜਦੋਂ ਬਾਕੀਆਂ ਦੇ ਪੇਪਰ ਹੋਣਗੇ ਸੈਕੰਡ 4th 6th ਦਾ ਮਈ ਜੂਨ 'ਚ ਜਦੋਂ ਉਹਨਾਂ ਦੇ ਪੇਪਰ ਹੋਣਗੇ ਤਾਂ ਮਤਲਬ ਸਾਲ ਦੇ ਅੰਦਰ ਥੋੜੀ ਐਡੀਸ਼ਨਲ ਖਤਮ ਹੋ ਚੁਗੀ ਠੀਕ ਹੈ ਤਾਂ ਰਿਜ਼ਲਟ ਕਦੋਂ ਆਣਾ ਹੈ ਤਾਂ ਰਿਜ਼ਲਟ ਹਜੇ ਆਉਣਾ ਹੈ ਐਡੀਸ਼ਨਲ ਵਾਲੇ ਦਾ ਰਿਜ਼ਲਟ ਹਜੇ ਇਹਨਾਂ ਨੇ ਨਹੀਂ ਦਿੱਤਾ ਤੇ ਇਹ ਅਲੱਗ ਤੋਂ ਆਉਂਦਾ ਰੀਪੀਅਰ ਰੋਲ ਨੰਬਰ ਅਗਰ ਮਿਸ ਹੋ ਗਿਆ ਤਾਂ ਹੁਣ ਅਸੀਂ ਕੀ ਕਰੀਏ ਠੀਕ ਹੈ ਤਾਂ ਰੀਪੀਅਰ ਦਾ ਅਗਰ ਰੋਲ ਨੰਬਰ ਬਹੁਤ ਸਾਰੇ ਬੱਚੇ ਭੁੱਲ ਜਾਂਦੇ ਨੇ ਠੀਕ ਹੈ ਸਲੀਪ ਭੁੱਲ ਜਾਂਦੇ ਨੇ ਤਾਂ ਇਹ ਰੋਲ ਨੰਬਰ ਜਿਹੜਾ ਹੈ ਤੁਸੀਂ ਇਨਕੁਆਇਰੀ ਤੋਂ ਨੰਬਰ ਲਓ ਠੀਕ ਹੈ ਆਨਲਾਈਨ ਬ੍ਰਾਂਚ ਦਾ ਕਿਉਂਕਿ ਅਸੀਂ ਜਿਹੜਾ ਹੈ ਰੋਲ ਨੰਬਰ ਖੋਤਾ ਸਾਨੂੰ ਨਹੀਂ ਮਿਲ ਰਿਹਾ ਤਾਂ ਆਨਲਾਈਨ ਬ੍ਰਾਂਚ ਵਾਲੇ ਟੈਕਨੀਕਲ ਬ੍ਰਾਂਚ ਵਾਲੇ ਤੁਹਾਨੂੰ ਥੋੜਾ ਰੋਲ ਨੰਬਰ ਪ੍ਰੋਵਾਈਡ ਕਰ ਦੇਣਗੇ ਫੋਨ ਕਾਲ ਦੇ ਵਿੱਚ ਹੀ ਕਰ ਦੇਣਗੇ ਠੀਕ ਹੈ ਤੁਹਾਡੇ ਕੋਲ ਮੈਸੇਜ ਵੀ ਆ ਜਾਊਗਾ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਅਗਰ ਤੁਸੀਂ ਰੀਪੀਅਰ ਦਾ ਲੈਟਰ ਸੇ ਥੋੜਾ ਰਿਜ਼ਲਟ ਹੀ ਨਹੀਂ ਸ਼ੋ ਹੋ ਰਿਹਾ ਵੈਬਸਾਈਟ ਤੇ ਇੱਕ ਇਹ ਵੀ ਕੰਸਰਨ ਹੈ ਕਿ ਥੋੜਾ ਰਿਜ਼ਲਟ ਹੀ ਵੈਬਸਾਈਟ ਤੇ ਕਲੀਅਰ ਨਹੀਂ ਆ ਰਿਹਾ ਜਾਂ ਫਿਰ ਦਿਖ ਹੀ ਨਹੀਂ ਰਿਹਾ ਨਾਟ ਫਾਊਂਡ 에ਰਰ ਆ ਰਿਹਾ ਤਾਂ ਵੀ ਤੁਸੀਂ ਯੂਨੀਵਰਸਿਟੀ ਦੇ ਵਿੱਚ ਆ ਕੇ ਜਾਣਾ ਤੁਹਾਨੂੰ ਲੱਗੂਗਾ ਆਪਣੇ ਰਿਸ਼ਤੇਦਾਰ ਪੇਰੈਂਟਸ ਨੂੰ ਭੇਜ ਸਕਦੇ ਹੋ ਭਾਈ ਭੈਣ ਨੂੰ ਭੇਜ ਸਕਦੇ ਹੋ ਠੀਕ ਹੈ ਅਗਰ ਆਪ ਨਹੀਂ ਆ ਸਕਦੇ ਤਾ ਯੂਨੀਵਰਸਿਟੀ ਇਨਕੁਆਰੀ ਤੋਂ ਤੁਸੀਂ ਨੰਬਰ ਲੈ ਸਕਦੇ ਹੋ ਟੈਕਨੀਕਲ ਕੋਈ ਇਸ਼ੂ ਆ ਸਕਦਾ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਕਰਨੀਆਂ ਨੇ ਆਨਲਾਈਨ ਜਿਹੜਾ ਹੈ ਤੁਹਾਨੂੰ ਨੰਬਰ ਦਿੱਤਾ ਜਾਊਗਾ ਜਾਂ ਫਿਰ ਤੁਹਾਡੀ ਕਾਲ ਹੀ ਫਾਰਵਰਡ ਕਰ ਦਿੱਤੀ ਜਾਊਗੀ ਯੂਨੀਵਰਸਿਟੀ ਦੇ ਇਨਕੁਆਰੀ ਦਾ ਨੰਬਰ ਜਿਹੜਾ ਹੈ ਕੰਟੈਕਟ ਨੰਬਰ ਤੁਸੀਂ ਗੂਗਲ ਤੇ ਸਰਚ ਕਰੋਗੇ ਤਾਂ 4-5 ਨੰਬਰ ਹੈ ਕੋਈ ਨਾ ਕੋਈ ਨੰਬਰ ਜ਼ਰੂਰ ਚੱਲਦਾ ਹੁੰਦਾ ਹੈ 10 ਵਜੇ ਤੋਂ ਲੈ ਕੇ 2:30 ਵਜੇ ਤੱਕ ਤੁਸੀਂ ਕਾਲ ਉੱਥੇ ਕਰ ਸਕਦੇ ਹੋ ਫੀਸ ਇਸ਼ੂਸ ਚੱਲ ਰਹੇ ਨੇ ਠੀਕ ਆ ਫੀਸ ਦਾ ਕੋਈ ਇਸ਼ੂ ਚੱਲ ਰਿਹਾ ਹੈ ਅ ਵੈਬਸਾਈਟ ਵਰਕ ਨਹੀਂ ਕਰ ਰਹੀ ਹੈ ਨਾ ਤਾਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀਆਂ ਟੈਕਨੀਕਲ ਬ੍ਰਾਂਚ ਤੱਕ ਆ ਮੈਂ ਤਾਂ ਤੁਸੀਂ ਜਿਹੜਾ ਹੈ ਕਈ ਵਾਰ ਇਹ ਹੁੰਦਾ ਹੈ ਵੀ ਫਾਰਮ ਸਬਮਿਟ ਹੋ ਜਾਂਦਾ ਹੈ ਫੀਸ ਦੇ ਉੱਤੇ ਜਿਹੜੀ ਹੈ ਪੈਂਡਿੰਗ ਆ ਰਿਹਾ ਹੁੰਦਾ ਫੀਸ ਤੁਸੀਂ ਸਬਮਿਟ ਕਰ ਦਿੱਤੀ ਹੁੰਦੀ ਹੈ ਤੁਹਾਡੇ ਕੋਲ ਸ਼ੋ ਨਹੀਂ ਹੋ ਰਹੀ ਹੁੰਦੀ ਕਿ ਫੀਸ ਸਬਮਿਟ ਹੋ ਗਈ fees not submitted ਲਿਖਿਆ ਹੋਇਆ ਹੁੰਦਾ ਤਾਂ ਤੁਸੀਂ ਟੈਕਨੀਕਲ ਬ੍ਰਾਂਚ ਨਾਲ ਹੀ ਗੱਲ ਕਰੋਗੇ ਠੀਕ ਹੈ ਇਨਕੁਆਰੀ ਤੋਂ ਨੰਬਰ ਤੁਸੀਂ ਲੈ ਸਕਦੇ ਹੋ ਸੈਮ 2 ਸੈਮ 4 ਦਾ ਰਿਜ਼ਲਟ ਕਦੋਂ ਆਊਗਾ ਦੇਖੋ ਬਹੁਤ ਸਾਰੇ ਬੱਚਿਆਂ ਨੇ ਰੀਪੇਅਰ ਦਾ ਪੇਪਰ ਦਿੱਤਾ ਹੋਇਆ ਹੈ ਤਾਂ ਦੱਸ ਦਵਾਂ ਇਹਦਾ ਰਿਜ਼ਲਟ ਤੁਹਾਡਾ ਨਵੰਬਰ ਤੱਕ ਦਸੰਬਰ ਤੱਕ ਆਊਗਾ ਹਜੇ ਪੁੱਲਜੋ ਕਿ ਤੁਹਾਡਾ ਰਿਜ਼ਲਟ ਆਊਗਾ ਨਵੰਬਰ ਦਸੰਬਰ ਦੇ ਵਿੱਚ ਰਿਜ਼ਲਟ ਆਉਂਦਾ ਹੈ ਕਈ ਵਾਰ ਯੂਨੀਵਰਸਿਟੀ ਅਕਤੂਬਰ ਦੇ ਵਿੱਚ ਰਿਜ਼ਲਟ ਦੇ ਦਿੰਦੀ ਹੈ ਆਦਰਵਾਇਜ਼ ਇਹ ਨਵੰਬਰ ਤਾਂ ਨਵੰਬਰ ਦਸੰਬਰ ਦੇ ਵਿੱਚ ਹੀ ਆਉਂਦਾ ਹੈ ਸੈਮ 2 ਤੇ ਸੈਮ 4 ਦਾ ਸੈਮ 6 ਦਾ ਇਹ ਜਲਦੀ ਕੱਢ ਦ ਬਰਤਾ ਕਾਰਜ ਨਾ ਹੁੰਦਾ ਅਗਸਤ ਦੇ ਵਿੱਚ ਇਹਨਾਂ ਨੇ ਰਿਜ਼ਲਟ ਦੇ ਦਿੱਤਾ ਆਪਾਂ ਨੂੰ ਠੀਕ ਹੈ ਤੇ ਡਿਸਟੈਂਸ ਤੇ ਪ੍ਰਾਈਵੇਟ ਦੀਆਂ ਐਡਮਿਸ਼ਨ ਤਾਂ ਦੇਖੋ ਰੈਗੂਲਰ ਵਾਲਿਆਂ ਦੀਆਂ ਐਡਮਿਸ਼ਨਸ ਬੰਦ ਹੋ ਗਈਆਂ ਨੇ ਡਿਸਟੈਂਸ ਵਾਲਿਆਂ ਦੀ ਐਡਮਿਸ਼ਨਸ ਚੱਲ ਰਹੀਆਂ ਨੇ ਪ੍ਰਾਈਵੇਟ ਵਾਲਿਆਂ ਦੀ ਇਹ ਵੀ ਹੁਣ ਸਟਾਰਟ ਹੋ ਜਾਣੀਆਂ ਨੇ ਠੀਕ ਹੈ ਲਾਸਟ ਡੇਟ ਹਜੇ ਕੋਈ ਡਿਕਲੇਅਰ ਨਹੀਂ ਕੀਤੀ ਕਿਸੇ ਨੇ ਇਹ ਵੀ ਹਲੇ ਐਡਮਿਸ਼ਨਸ ਚੱਲ ਰਹੀਆਂ ਨੇ ਪ੍ਰਾਈਵੇਟ ਪ੍ਰਾਈਵੇਟ ਵਾਲਿਆਂ ਦੀ ਜਲਦੀ ਸਟਾਰਟ ਹੋ ਜਾਣੀਆਂ ਡਿਸਟੈਂਸ ਵਾਲੇ ਆਪਣੀ ਆਪਣੀ ਐਡਮਿਸ਼ਨ ਕਰਵਾ ਲਓ ਤੇ ਡਿਗਰੀ ਕਦੋਂ ਆਊਗੀ ਲਾਈਕ ਹੁਣ ਤੁਸੀਂ ਪੇਪਰ ਦੇ ਵਿੱਚੋਂ ਪਾਸ ਹੋ ਗਏ ਹੋ ਤਾਂ ਡਿਗਰੀ ਕਦੋਂ ਆਣੀ ਆ ਤਾਂ ਡਿਗਰੀ ਜਿਹੜੀ ਹੈ ਘੱਟੋ ਘੱਟ 2-3 ਮਹੀਨਿਆਂ ਬਾਅਦ ਹੀ ਉਹ ਜਿਹੜੀ ਹੈ ਡਿਸਪੈਚ ਕਰਦੇ ਨੇ ਠੀਕ ਹੈ ਤਾਂ ਜਿਹੜੇ ਪ੍ਰਾਈਵੇਟ ਡਿਸਟੈਂਸ ਵਾਲੇ ਨੇ ਥੋੜੇ ਕੋਲੇ ਨੋਟੀਫਿਕੇਸ਼ਨ ਆ ਜਾਊਗਾ ਰੈਗੂਲਰ ਵਾਲਿਆਂ ਦੇ ਕਾਲਜ ਤੇ ਡੀਐਮਸੀ ਪਹੁੰਚ ਜਾਂਦੀ ਹੈ ਜਿਸ ਨੇ ਕਨਫਿਡੈਂਸ਼ੀਅਲ ਰਿਜ਼ਲਟ ਲੈਣਾ ਹੈ ਠੀਕ ਹੈ ਲਾਈਕ ਬੱਚਾ ਦੇਖਣਾ ਚਾਹੁੰਦਾ ਕਿ ਮੈਂ ਪਾਸ ਆ ਜਾਂ ਫੇਲ ਆ ਜਾਂ ਫਿਰ ਕੋਈ ਵੀ ਉਹ ਫੀਸ ਫਿਲ ਕਰਨਾ ਚਾਹੁੰਦਾ ਹਨਾ ਕੋਈ ਵੀ ਪੇਪਰ ਦੀ ਫੀਸ ਫਿਲ ਕਰਨਾ ਚਾਹੁੰਦਾ ਤਾਂ ਤੁਸੀਂ ਕਨਫਿਡੈਂਸ਼ੀਅਲ ਰਿਜ਼ਲਟ ਆਪਣਾ ਉੱਥੇ ਜਾ ਕੇ ਜਿਹੜਾ ਹੈ ਯੂਨੀਵਰਸਿਟੀ ਦੇ ਆਪਣੇ ਸੈੱਟ ਦੇ ਵਿੱਚ ਜਾ ਕੇ ਲੈ ਸਕਦੇ ਹੋ ਤੇ ਇਹ ਸੀ ਅੱਜ ਦਾ ਵੀਡੀਓ ਅਗਰ ਤੁਹਾਨੂੰ ਹੋਰ ਵੀ ਕੋਈ ਵੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ